जी का खालसा वाहेगुरु जी की फतेह। अज असी जलंधर तो देश पंजाब टीम जिहड़ी आ ताडे बटाले शहर दे विच पहुंची है सैनिटाइजर करन वास्ते, और सानू SSP साहब ने स्पैशली कहा सीगा बटाले तो आके बटाले तो सानू फोन किया सीगा साडी टीम नू, और असी आके इत्थे स्प्रे कर रहे हैं। 2 दिन तो 3 दिन तो साडा इत्थे कम चल रहा, ठीक है जी। तुसीं जिहड़ा आ दर्शन लाल जी, दर्शन लाल सहदेव, अच्छा जी, मालक डिटेल फोन रही बटाला, ठीक है। तुसीं मैनू एन सी भी रहे इत्थे जी, ਪਹਿਲਾਂ ਤਾਂ ਇਹ ਗੱਲ ਹੈ ਕਿ ਤੁਸੀਂ ਆਏ ਹੋ ਬਟਾਲੇ 'ਚ, ਹਾਂਜੀ, ਅਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵਾਂ, ਬਹੁਤ ਬਹੁਤ ਧੰਨਵਾਦ ਜੀ, ਕਿ ਤੁਸੀਂ ਬਟਾਲੇ ਉਹਦੀ ਸੇਵਾ ਕਰਦੇ ਪਏ ਹੋ, ਅਤੇ ਇਹ ਤਾਂ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਜਿਹੜਾ ਤੁਸੀਂ ਆਏ ਹੋ ਫ੍ਰੀ ਕਰਨ ਰਹੇ ਹੋ, ਅਤੇ ਇਸ ਅਨੁਸਾਰ ਦੀ ਵੀ ਤੁਸੀਂ ਗੱਲਬਾਤ ਮੰਨੀ ਹੈ, ਅਤੇ ਮੇਰੇ ਕੋਲ ਆਏ ਹੋ ਤਾਂ ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰਨਾ ਵਾਂ ਤੁਸੀਂ ਆਏ ਹੋ। ਬਾਕੀ ਮੈਂ ਡੀਲਰ ਸਪੋਂਡੀ ਦਾ ਪਾਰਟਨਰ ਹਾਂ, ਡੀਲਰ ਸਪੋਂਡੀ ਦਾ ਪਾਰਟਨਰ ਹਾਂ, ਠੀਕ ਹੈ ਜੀ, ਪਾਰਟਨਰ, ਠੀਕ ਹੈ ਜੀ। ਮੇਰੀ 88 ਸਾਲ ਦੀ ਉਮਰ ਹੈ, ਵੈਰੀ ਗੁੱਡ। ਮੈਂ ਆਪਣੇ 5 ਬਾਤਾਂ ਪੜ੍ਹਿਆ ਉਰਦੂ ਦੀਆਂ, ਠੀਕ ਹੈ ਜੀ। ਮੈਂ MC ਵੀ 20 ਸਾਲ ਰਿਹਾ ਵਾਂ, ਠੀਕ ਹੈ ਜੀ। ਐਮਰਜੈਂਸੀ ਜੇਲ੍ਹ ਵੀ ਮੈਂ 17 ਮਹੀਨੇ ਕੱਟੀ, ਠੀਕ ਹੈ ਜੀ। RS OTC ਵੀ ਮੈਂ ਕੀਤੀ ਆ, ਠੀਕ ਹੈ ਜੀ। ਅਤੇ ਬਾਕੀ ਮੇਰਾ ਜਿਹੜਾ ਹੈ ਇੱਥੇ ਫੈਕਟਰੀ ਦਾ ਕੰਮ, ਠੀਕ ਹੈ, ਉਹ ਠੀਕ ਹੈ, ਠੀਕ ਹੈ, ਬੜਾ ਵਧੀਆ ਵਾ, ਠੀਕ ਹੈ। ਬੱਚੇ ਮੇਰੇ ਵੀ ਬੜੇ ਵਧੀਆ ਨੇ, ਠੀਕ ਹੈ। ਤੁਸੀਂ ਇੱਥੇ ਕਿੰਨੇ ਵਰਕਰ ਰੱਖੇ ਹੋਏ ਆਪਣੇ ਕੋਲ? ਸਾਡੇ ਕੋਲ ਇੱਥੇ ਮੇਰੇ ਖਿਆਲ ਕੋਈ 50 ਵਰਕਰ ਹੈਗੇ। ਇਹ ਜਦੋਂ ਲੋਕਡਾਊਨ ਸੀਗਾ, ਲੋਕਡਾਊਨ ਦੇ ਵਿੱਚ ਤੁਸੀਂ ਇਹਨਾਂ ਨੂੰ ਪ੍ਰੋਪਰ ਤਨਖਾਹਾਂ ਵਗੈਰਾ ਦਿੰਦੇ ਰਹੇ ਹੋ? ਇਹ ਅਸੀਂ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹਾਲੇ, ਹਾਂਜੀ, ਉਂਝ ਹੀ ਜਿਸ ਇਹਨਾਂ ਸਾਰਿਆਂ ਬੰਦਿਆਂ ਨੂੰ, ਹਾਂਜੀ, ਅਸੀਂ ਜਿਹਨੂੰ ਲੋੜ ਪਈ ਹੈ 1000 ਦੀ, 2000 ਦੀ, 5000 ਦੀ, ਅਸੀਂ ਇਹਨਾਂ ਨੂੰ ਪੈਸੇ ਦੇਈ ਗਏ ਹਾਂ, ਮਤਲਬ ਕਿ ਇਹਨੂੰ ਭੁੱਖਿਆ ਨਹੀਂ ਰਹਿਣ ਦਿੱਤਾ। ਬਹੁਤ ਵਧੀਆ ਗੱਲ, ਵੱਧ ਤੋਂ ਵੱਧ ਜੋ ਮਤਲਬ ਇਹ ਹੈ ਕਿ ਅਜੇ ਹਾਲੇ ਦੇ ਪੈਸੇ ਕੱਟੇ ਨਹੀਂ ਹੈਗੇ, ਠੀਕ ਹੈ। ਅਤੇ ਉਹ ਇਹ 2 ਮਹੀਨੇ ਜਿਹੜਾ ਰਿਹਾ ਵਾ, ਮੈਂ ਪਾਸ ਬਣਵਾ ਲਿਆ ਸੀਗਾ ਫੈਕਟਰੀ ਆਉਣ ਦਾ, ਠੀਕ ਹੈ ਜੀ। ਮੈਂ ਇੱਥੇ ਰੋਜ਼ ਫੈਕਟਰੀ ਆ ਜਾਂਦਾ ਰਿਹਾ, ਠੀਕ ਹੈ ਜੀ। ਅਤੇ ਕੋਈ ਨਾ ਕੋਈ ਕਾਰੀਗਰ, ਜਦੋਂ ਪਤਾ ਲੱਗੇ ਨਾ ਕਾਰੀਗਰ ਨੂੰ ਭੁੱਖ ਲੱਗੀ ਹੋਏ, ਪੈਸੇ ਚਾਹੀਦੇ ਹੋ, ਤਾਂ ਉਹ ਅਸੀਂ ਉਹਨਾਂ ਨੂੰ ਨਾ, ਮੈਂ ਇੱਥੇ ਘਰ 1 ਦਿਨ ਨਹੀਂ ਬੈਠਾ, ਅਤੇ ਮੈਂ ਇੱਥੇ ਆਈ ਗਿਆ, ਅਤੇ ਜਿਹੜਾ ਆਈ ਗਿਆ ਮੈਂ ਉਹਨੂੰ ਪੈਸੇ ਦੇਈ ਗਿਆ। ਬਹੁਤ ਵਧੀਆ ਗੱਲ, ਮਤਲਬ ਸਾਡੇ ਕਾਰਖਾਨੇ 'ਚ ਪਤਾ ਕਰ ਲਓ ਇੰਨੇ 50 ਕਾਰੀਗਰ ਆ, ਠੀਕ ਹੈ ਜੀ, ਕੋਈ ਬੰਦਾ ਭੁੱਖਾ ਤਾਂ ਨਹੀਂ ਹੈ। ਬਹੁਤ ਵਧੀਆ, ਜਿਹੜੇ ਭਈਏ ਨੇ ਆਏ ਦੇ ਨੇ, ਭਈਆ ਵੀ ਕੋਈ ਸਾਡਾ ਅੰਦਰੋਂ ਨਹੀਂ ਗਿਆ, ਸਾਰੇ ਪੈਸੇ ਉਹਨਾਂ ਨੂੰ ਅਸੀਂ ਦੇਈ ਗਏ ਆ, ਪਿੰਡੋਂ ਭੇਜੀ ਗਏ ਅਤੇ ਖਾਈ ਗਏ, ਮਤਲਬ ਅਸੀਂ ਸਮਝਦੇ ਹਾਂ ਕਿ ਜਿੱਥੇ ਇੰਨਾ ਵਾ, ਸਾਡੇ ਲੋਕਾਂ ਦਾ 5-4 ਲੱਖ ਲੱਗ ਵੀ ਜਾਏ ਤਾਂ ਫਿਰ ਕਿਹੜੀ ਇੱਥੇ ਆਉਣਾ ਨਹੀਂ। ਤੁਹਾਨੂੰ ਇਹ ਲੱਗਦਾ ਕਿ ਜਿਹੜਾ ਮਤਲਬ ਜਿਹੜਾ 2-3 ਮਹੀਨੇ ਕੰਮ ਬੰਦ ਰਿਹਾ ਆ, ਜਿਹੜਾ ਹੁਣ ਕੰਮ ਸ਼ੁਰੂ ਹੋਇਆ ਆ, ਹਾਂਜੀ, ਮਤਲਬ ਪਹਿਲਾਂ ਨਾਲੋਂ ਕੰਮ ਘਟਿਆ ਜਾਂ ਵਧਿਆ? ਜਿਹੜੀ ਜਿੱਥੋਂ ਤੱਕ ਆਰਡਰ ਦੀ ਗੱਲ ਹੈ, ਅਸੀਂ ਖਾਲਸਾ ਟੋਕਾ ਬਣਾਉਂਦੇ ਹਾਂ, ਠੀਕ ਹੈ ਜੀ, ਅਤੇ ਸਾਡਾ ਰਜਿਸਟਰ ਹੈ ਅਤੇ ਸਾਰੀ ਇੰਡੀਆ 'ਤੇ ਚੱਲਦਾ ਵਾ, ਅਤੇ ਉਹ ਤਾਂ ਸਾਡੇ ਕੋਲ ਇੱਕ ਇੱਕ ਸ਼ਹਿਰ ਦੇਖ ਕੇ ਗਾਹਕ ਲੱਗਾ ਵਾ, ਠੀਕ ਹੈ, ਆਰਡਰ ਦੀ ਕੋਈ ਕਮੀ ਨਹੀਂ, ਨਾ ਅੱਗੇ ਕਮੀ ਸੀ ਨਾ ਹੁਣ ਕਮੀ ਹੈ, ਠੀਕ ਹੈ, ਇਸ ਲਈ ਵੀ ਜਿੰਨਾ ਮਾਲ ਬਣਦਾ ਵਾ ਭਾਵੇਂ ਡਬਲ ਬਣੇ ਇੰਨੀ ਗਾਹਕੀ ਹੈ, ਠੀਕ ਹੈ, ਮਤਲਬ ਕੰਮ 'ਚ ਕੋਈ ਫਰਕ ਨਹੀਂ ਪਿਆ? ਕੰਮ 'ਚ ਕੋਈ ਫਰਕ ਨਹੀਂ ਹੈਗਾ, ਕੰਮ ਦੀ ਕੋਈ ਪਰੇਸ਼ਾਨੀ ਨਹੀਂ, ਕੰਮ ਜਿਹੜਾ ਨਾ ਜਿੰਨਾ ਮਰਜ਼ੀ ਬਣਾਓ ਵੀ ਕੀ ਹੋ ਗਿਆ। ਇੱਕ ਗੱਲ ਤੁਸੀਂ ਇਹ ਦੱਸੋ, ਜਿੱਦਾਂ ਸਰਕਾਰਾਂ ਜਾਂ ਸਾਰੇ ਜਣੇ ਕਹਿੰਦੇ ਆ ਕਿ ਜਿਹੜੇ ਕਰੋਨਾ ਆ 60 ਸਾਲ ਤੋਂ ਉੱਪਰ ਵਾਲਿਆਂ ਨੂੰ ਜ਼ਿਆਦਾ ਇਫੈਕਟ ਕਰਦੀ ਆ, ਤਾਂ ਤੁਹਾਡੀ ਉਮਰ ਹੈਗੀ 84 ਸਾਲ? ਨਹੀਂ, ਮੇਰੀ ਉਮਰ ਹੈਗੀ 88 ਸਾਲ। 88 ਸਾਲ, ਦੇਖੋ ਜੀ, ਜਿਹੜੇ ਅਸੀਂ ਲੋਕ ਅਸੀਂ ਜਿੰਨਾ ਪੁਰਾਣੇ ਬੰਦਿਆਂ ਨੇ ਡੰਗਰ ਝਾੜੇ ਆ, ਮੁੰਡੀਆਂ ਝਾੜੀਆਂ ਅਤੇ ਮਿਹਨਤਾਂ ਕੀਤੀਆਂ, ਮੈਂ ਪਹਿਲਾਂ ਕਾਰੀਗਰ ਸੀਗਾ, ਕਾਰੀਗਰ ਤੋਂ ਮੈਂ ਥੋੜ੍ਹੇ ਜਿਹੇ ਪੈਸੇ ਜੋੜ ਕੇ ਅਤੇ ਪਟਿਆਲੇ ਲਾਈ, ਫਿਰ ਥੋੜ੍ਹੇ ਜਿਹੇ ਪੈਸੇ ਵਧਾ ਕੇ ਅਤੇ ਪੱਖੇ ਲਾਈ,
ਤੇ ਹੁਣ ਹਜੇ ਮੇਰੇ ਤਿੰਨ ਲੜਕੇ ਆ ਤੇ ਉਹ ਮੇਰੀ ਘਾਟੀ ਤੇ ਮਰ ਗਈ ਹੈ ਵਿਚਾਰੀ। ਇੱਕ ਨਾਲ ਮੈਂ ਰਹਿੰਦਾ ਵਾ, ਉਹ ਮੇਰੀ ਰੋਟੀ ਪਾਣੀ ਬੜਾ ਵਧੀਆ ਲਈ ਜਾਂਦਾ, ਨੂੰਹ ਮੇਰੀ ਵੀ ਚੰਗੀ ਹੈ, ਪੁੱਤਰ ਨੂੰ ਵੀ ਚੰਗੀ ਆ ਤੇ ਦੂਜੀ ਆ ਵੀ ਚੰਗੀ ਆ ਵਾ। ਕੋਈ ਪਰੇਸ਼ਾਨੀ ਨਹੀਂ ਹੈ ਕਿਸੇ ਗੱਲ ਦੀ, ਕੋਈ ਲੋੜ ਨਹੀਂ ਹੈ ਕਿਸੇ ਚੀਜ਼ ਦੀ। ਤੇ ਉਂਝ ਜਿਹੜੀ ਹੈ ਜਿੱਦਾਂ ਅਸੀਂ ਐਮਰਜੈਂਸੀ ਜੇਲ੍ਹ ਕੱਟੀ 17 ਮਹੀਨੇ, ਅਤੇ ਸਾਨੂੰ ਗੌਰਮੈਂਟ ਨੇ ਕੀ, ਅਸੀਂ ਪੈਸੇ ਨਹੀਂ ਮੰਗਦੇ ਗੌਰਮੈਂਟ ਕੋਲ, ਜਿਹੜੇ ਅਸੀਂ ਹੁਣ ਥੋੜ੍ਹੇ ਬੰਦੇ ਰਹਿ ਗਏ ਆ ਜਿਹੜੇ ਨਾ ਜੇਲ੍ਹ ਕੱਟੀ ਨਾ, ਜਿਹਨਾਂ ਨੇ ਐਮਰਜੈਂਸੀ ਜੇਲ੍ਹ ਕੱਟੀ ਉਹ ਥੋੜ੍ਹੀ ਰਹੇ, ਬੰਦੇ ਥੋੜ੍ਹੇ ਹੀ ਆ। ਅਸੀਂ ਪੈਸੇ ਨਹੀਂ ਮੰਗਦੇ, ਪੈਸੇ ਸਾਡੇ ਮੁੰਡੇ ਬੜੇ ਵਧੀਆ ਵਾ ਅਤੇ ਪੈਸਿਆਂ ਪੁਆਂ ਦੀ ਕੋਈ ਲੋੜ ਨਹੀਂ ਸਾਨੂੰ, ਸਾਨੂੰ ਕੰਮ ਦੇ ਕੰਮ ਕੋਈ ਸਰਟੀਫਿਕੇਟ ਦੇਣਗੇ ਤੁਸੀਂ, ਸਾਡੀ ਪਾਰਟੀ ਜਿਹੜੀ ਹੈ ਗੌਰਮੈਂਟ ਨਾ ਦੇਵੇ ਜਿਹੜੀ ਪਾਰਟੀ ਹੈ। ਪਰ ਮੈਂ ਜੀਵਨ ਸਾਰਾ ਜਨਸੰਘ ਨਾਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਰਾ ਉਮਰ ਕੱਢੀ ਹੈ ਅਤੇ 20 ਸਾਲ ਮੈਂ MC ਰਿਹਾ। ਅਤੇ ਇਹ ਜਿਹੜੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਪੈਸੇ ਦਿਓ, ਪੈਸੇ ਸਾਡੇ ਮੁੰਡੇ ਆ ਕੋਈ ਬਹੁਤ ਮੁੰਡੇ ਸਾਡੇ ਕੰਮ ਬਹੁਤ ਕਰਦੇ ਨੇ, ਇੱਡੀ ਕਿਹੜੀ ਗੱਲ ਆ, ਨਾਲੇ ਬੁੱਢੇ ਬੰਦੇ ਨੇ ਖਾਣਾ ਕੀ ਹੈ ਤਾਂ ਲੋੜ ਕੀ ਹੈ, ਮਤਲਬ ਸਾਦੀ ਜੀ ਰੋਟੀ ਜੀਵਨ ਖਾਣਾ ਅਤੇ ਖਿਚੜੀ ਖਾਣੀ ਜਾਂ ਕੋਈ ਸਾਦੀ ਜੀ ਰੋਟੀ ਖਾਣੀ ਅਤੇ ਟਾਈਮ ਕੱਢੀ ਜਾਣਾ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਪਾਰਟੀਆਂ ਹੈ ਜਿਨ੍ਹਾਂ ਦੇ ਨਾਲ ਤੁਸੀਂ 20-20 ਸਾਲ ਕੌਂਸਲਰ ਰਹੇ ਆ, ਉਹਨਾਂ ਦਾ ਮਤਲਬ ਉਹਨਾਂ ਨੂੰ ਤੁਹਾਡੀ ਬਾਤ ਪੁੱਛਣੀ ਚਾਹੀਦੀ ਆ ਔਰ ਤੁਹਾਨੂੰ ਆ ਕੇ ਸਰਟੀਫਿਕੇਟ ਦੇਣਾ ਚਾਹੀਦਾ, ਤੁਹਾਨੂੰ ਸਨਮਾਨਿਤ ਕਰਨਾ ਚਾਹੀਦਾ। ਉਹ ਸਾਨੂੰ ਤਾਂ ਅਸੀਂ ਪੈਸੇ ਵੀ ਨਹੀਂ ਮੰਗਦੇ, ਉਹ ਕੰਮ ਦੇ ਕੰਮ ਜਿਹੜਾ 17 ਮਹੀਨੇ ਜੇਲ੍ਹ ਕੱਟੀ, ਜਿਹੜਾ ਅਸੀਂ ਆਪਣਾ ਫੈਕਟਰੀਆਂ ਦਾ ਨੁਕਸਾਨ ਕੀਤਾ, ਉਹ ਅਸੀਂ ਕਹਿੰਦੇ ਕੰਮ ਸਾਨੂੰ ਉਹ ਮਾਣ ਪੱਤਰ ਕੋਈ ਦਿਓ, ਮਤਲਬ ਇਹਨਾਂ ਦਾ ਦਰਸ਼ਨ ਜੀ ਦਾ ਕਹਿਣ ਦਾ ਮਤਲਬ ਇਹ ਆ ਕਿ ਕੋਈ ਸ਼ਲਾਘਾ ਪੱਤਰ ਇਹਨਾਂ ਨੂੰ ਦੇਣਾ ਚਾਹੀਦਾ ਆ ਜਿਨ੍ਹਾਂ ਨੇ ਕਿ ਐਮਰਜੈਂਸੀ ਵੇਲੇ ਜੇਲ੍ਹਾਂ ਕੱਟੀਆਂ ਆ। ਹਾਂਜੀ, ਸਿਰਫ ਉਹ ਪਾਰਟੀ ਕਰਕੇ ਹੀ ਕੱਟੀਆਂ ਆ, ਇਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਨਹੀਂ ਕੱਟੀਆਂ, ਜਦਕਿ ਇਹਨਾਂ ਨੇ ਆਪਣੀਆਂ ਫੈਕਟਰੀਆਂ ਬੰਦ ਕਰਕੇ ਜੇਲ੍ਹਾਂ ਕੱਟੀਆਂ। ਜਦਕਿ ਅੱਛਾ ਦਰਸ਼ਨ ਲਾਲ ਜੀ ਤੁਸੀਂ ਗੱਲ ਕਰ ਰਹੇ ਸੀਗੇ, ਗੱਲ ਕੀ ਕਰ ਰਹੇ ਸੀ ਜਿੱਦਾਂ ਸਾਨੂੰ ਪਤਾ ਲੱਗਾ ਆ ਕਿ ਪਾਰਟੀ ਨੇ ਤਾਂ ਤੁਹਾਡਾ ਇੰਨਾ ਚਲੋ ਨਹੀਂ ਕੋਈ ਤੁਹਾਨੂੰ ਸ਼ਲਾਘਾ ਕੀਤੀ ਜਾਂ ਕੁਛ ਕੀਤੀ, ਹੁਣ 20 ਸਾਲ ਉਦਾਂ ਤੁਸੀਂ MC ਰਹੇ ਆ, ਪਰ ਤੁਹਾਡੇ ਇਲਾਕੇ 'ਚ ਜਾਂ ਤੁਹਾਡੇ ਮੁਹੱਲੇ 'ਚ ਜਿਹੜੀਆਂ ਬੀਬੀਆਂ ਆਪਣੇ ਮਾਂ ਪਿਓ ਜਾਂ ਆਪਣੇ ਸੱਸ ਸਹੁਰਿਆਂ ਦੇ ਵੀ ਪੈਰੀ ਹੱਥ ਨਹੀਂ ਲਾਉਂਦੀਆਂ, ਉਹ ਸਾਰੀਆਂ ਤੁਹਾਡੇ ਪੈਰੀ ਹੱਥ ਲਾਉਂਦੀਆਂ, ਇਹਦਾ ਕੀ ਰਾਜ ਆ? ਮੈਂ ਅੱਜ ਦੀ ਵੀ ਇਹ ਗੱਲ ਕਰਨਾ ਵਾ ਕਿ ਅੱਜ ਦੀ ਡੇਟ 'ਚ ਵੀ ਜਿਹੜੀਆਂ ਸਾਡੇ ਮੁਹੱਲੇ 'ਚ ਹੈਗੀਆਂ ਨਾ ਬੀਬੀਆਂ, ਕਿਸੇ ਬੰਦੇ ਦੇ ਬਜ਼ੁਰਗ ਦੇ ਪੈਰੀ ਖੜਾ ਨਹੀਂ ਕਰਦੀ। ਮੈਨੂੰ ਅੱਜ ਦੀ ਡੇਟ ਵੀ ਘਰ ਕਈ ਜਨਾਨੀਆਂ ਜਿਹੜੀਆਂ ਨਾ ਮੈਨੂੰ ਅਜੇ ਵੀ ਪੈਰੀ ਖੜਾ ਕਰਦੀਆਂ। ਕੁਛ ਮੈਂ ਨਾ ਲੋਕਾਂ ਦੇ ਕੰਮ ਵੀ ਬੜੇ ਜਵਾਨੀ 'ਚ ਕੀਤੇ ਦੇ ਆ, ਕਿ ਉਹ 20 ਸਾਲ MC ਜਿਹੜਾ ਬੰਦਾ ਰਿਹਾ ਹੋਏ ਉਹਨੇ ਕੰਮ ਵੀ ਕੀਤੇ। ਬੜੀਆਂ ਸਾਡੇ ਮੁਹੱਲੇ ਜਨਾਨੀਆਂ ਹਨ ਜਿਨ੍ਹਾਂ ਦਾ ਮਤਲਬ ਤਲਾਕ ਹੋਣ 'ਤੇ ਬਿਲਕੁਲ ਕਰੀਬ ਸੀਗਾ, ਔਰ ਮੈਂ ਵਿੱਚ ਪੈ ਕੇ ਜ਼ੋਰ ਲੈ ਕੇ ਵਸਾਈਆਂ, ਉਹ ਐਸੇ ਦਾਦੀਆਂ ਬਣੀ ਦੀਆਂ ਵਾ ਅਤੇ ਦਾਦੀਆਂ ਵੀ ਮੇਰੇ ਪੈਰੀ ਪੈਣਾ ਵੀ ਮੈਨੂੰ ਕਰਦੀਆਂ। ਠੀਕ ਹੈ, ਅਤੇ ਇਹ ਕਰਕੇ ਮੈਂ ਨਾ ਕੋਈ ਮੁਹੱਲੇ 'ਚ ਜਿੰਨੇ ਵੀ ਬੰਦੇ ਵੀ ਆ ਮੈਂ ਤਾਂ ਪੈਰੀ ਪੈਣਾ ਕਰਦੇ ਆ, ਮਤਲਬ ਇਹ ਇਹ ਇੱਕ ਗੱਲ ਹੋਰ ਹੈ, ਮੈਨੂੰ ਜਿੰਨੇ ਹੈਗੇ ਨਾ ਪਾਰਟੀ ਦੇ ਬੰਦੇ ਇਹ ਸਾਰੇ ਪੈਰੀ ਪੈਣਾ ਕਰਦੇ ਆ, ਅਕਾਲੀਆਂ ਦੇ ਜਿੰਨੇ ਬੰਦੇ ਕਿ ਉਹ ਸਾਡੀ ਸੀਟ ਹੈਗੀ ਅਕਾਲੀਆਂ ਕੋਲ। ਮੈਂ ਲੋਧੀ ਨਗਰ ਨਾਲ ਹੀ ਰਿਹਾ ਹੁਣ ਹੈਗਾ ਵਾ, ਅਤੇ ਕੋਈ ਤਾਂ ਜਾਂ ਉਹਦਾ ਪਰਿਵਾਰ ਜਾਂ ਹੋਰ ਅਕਾਲੀ ਦਲ ਦੇ ਕੋਈ ਵੀ ਬੰਦਾ ਹੋਏ ਮੈਨੂੰ ਸਾਰੇ ਸਤਿ ਸ਼੍ਰੀ ਅਕਾਲ ਅਜੇ ਵੀ ਮੈਨੂੰ ਬਜ਼ੁਰਗ ਸਮਝ ਕੇ ਮੈਨੂੰ ਕਰਦੇ ਆ, ਮਤਲਬ ਤੁਹਾਡੇ ਤੋਂ ਸੇਧ ਲੈਂਦੇ ਰਹਿੰਦੇ ਆ ਅਜੇ ਵੀ। ਟੈਲੀਫੋਨ ਕੋਲ ਚੁੱਕੇ ਨਾ ਚੁੱਕੇ ਲੋਧੀ ਨਗਰ, ਮੈਂ ਹੋਰ ਟੈਲੀਫੋਨ ਕਰਾਂ ਹੁਣੇ ਮੇਰਾ ਟੈਲੀਫੋਨ ਕਰੇਗਾ ਬਾਪੂ ਦੱਸ ਗਈ ਜਾਂ ਕੀ, ਅਤੇ ਉਹ ਜਿਹੜਾ ਹੈ ਜੀਵਨ ਜਿਹੜਾ ਹੈ ਇਹ ਕਿਉਂਕਿ ਸਾਡੀ ਜਿਹੜੀ ਬਾਂਹ ਹੈ ਸਾਡੀ ਬਾਂਹ ਹੁਣ ਫੜਾਈ ਅਕਾਲੀਆਂ ਦੇ ਹੱਥ ਲੋਧੀ ਨਗਰ ਦੇ ਹੱਥ, ਸਾਡਾ ਫਿਰ ਧਰਮ ਬਣਦਾ ਕਿ ਅਸੀਂ ਸਾਥ ਵੱਧ ਚੜ੍ਹ ਕੇ ਦੇਈਏ, ਉਹਦੇ ਨਾਲ ਅਸੀਂ ਕਾਂਗਰਸੀ ਜਿਹੜੇ ਵੀ ਆ ਉਹ ਜਿੱਥੇ ਮੈਨੂੰ ਮਿਲ ਗਿਆ ਮੈਨੂੰ ਕਾਂਗਰਸੀ ਵੀ ਸਾਡੇ ਪੈਣੇ ਪੈਣਾ ਕਰਦੇ ਆ ਹੁਣ ਵੀ,
जीवन च मैं कोई करके रखो कहना मैं कोई गलत काम भी नहीं किया कोई खान पीन का हिसाब है जो कोरोना च भी कम भी करते रहे तो सारा कुछ करते रहे 60 साल तो उम्र उपर सरकार कहदियां कि उन्हें खतरा आया तो तुहानू क्यों नहीं खतरा कोई होया सानू खतरा इस करने दे कुछ ते जिहड़े पुराने बंदे आ ना पर हर बंदे ने ना गाय या मैं जरूर रखी होंगी कोलो अभी चाहे माड़े हाँ चाहे तगड़े पर गाय हाँ जरूर रखी होंगी उदो लस्सी रोटी खा ला मक्खन ने रोटी खा ला दही ने रोटी खा ला मतलब शुद्ध खाना पीना शुद्ध सी इतों तीकर गल यह है कि जो मीट मैनू को कहे खा मैं 20 साल हो गया मीट शराब छटे सिगरट भी तो मैं देखे उदा छटता ना सिगरट नहीं मैं करी पी तो सादी जी रोटी जी खानी है जो जी कह रहा खिचड़ी बनवा ला नूहां मेरिया चंगिया बचारियां जी नूह पोतर नूह भी बड़ी चंगी है तो वो जी मैं कह घर की मेरी बेचारी बन गई थी 10-12 साल हो गए पर नूहां तो पोतर नूहां बहुत चंगिया ने अच्छा कोरोना बारे तुम की कहना चाहोगे कोरोना बारे मैं ये कहना कि गौरमेंट कहती है कि 60 साल तो बंदा बाहर आने के मैं समझना वा कि जेडे पुराने बंदे बजुर्ग इन्होंने चंगी खुराक खादिया चंकी हो सेहता वा तो अपना कोरोना मेरे हिसाब से सानू मैं कभी मूंह नहीं कभी बदा ये गवर्नमेंट कभी बदी जाओ मैं कभी नहीं बदा तो सू कोई है भी नहीं गा कोई कोरोना का कोई मतलब भी नहीं है कोई बटाले कोई केस आया तो साढ़े बटाले तो देखो जी एक अद्धा भावे हो गए पर हूँ है नहीं जो इतों तक गौरमेंट कहती है ये बटाला जरा ना ये गुरुआ की धरती है इतने सन 65 च लड़ाई लगी ही तो साढ़े घर के नाल ही दशहरा ग्राउंड इतने 50 बंब डिगे ही चलिया एक भी नहीं ही सारे सवेरे चुप रहे ही होता है कोरोना की करूंगा जेडे बंब नहीं दिले ये बाबे की नगरी है ये बाबा नानक के साडे बटाले चलो परमात्मा सच्चे पातशाह के अरदास करते हैं कि बाबे नानक की नगरी आ इत्थे इदां दा कोई बीमारी ना आवे फिर भी जिहड़ियां सरकारां कहिंदियां आ सरकारां दी गल मननी चाहीदी आ और उहदा पालन करना चाहीदा मैं इह कहिंदा सरकारां दी गल नहीं मननी चाहीदी है होसा दा कईआं नूं होवे कोरोना होए तो दूजे को शूज करता हो तो हम अहम वेखे ही नहीं करोना अहम कि होया ही नहीं वेख्या तो अभी की वो बारे तो बहुत बहुत धन्यवाद जी देश प्राप्ति ये दर्शन लाल जी जिन्हों ने सू दर्शन करने का मौका मिलया तो ये इस असी इन्हों की इंटरव्यू ती आ कि सारे थोड़े जे सुचेत हो डर ना तो अवेयर हो बस हूँ ये 50 बंदे इन्होंने को काम करते फैक्ट्री से लगातार कोरोना च भी इन्होंने परमिशन लैके काम भी करते रहे इतने आते भी रहे तो देखो 88 साल की उम्र आ तो ये एन वधिया साढ़े नालों सेहत इन्होंने वधिया है इस करके मैं सारे दर्शकों को अपील करा डर ना अवेयर हो दर्शन जी तो सीध ले वाहेगुरु जी का खालसा वाहेगुरू मैं किसी के फेफड़े
या दिल की बीमारी या कोई मैं नहीं वेखी कभी किसी की। मैं कहना कि भट्ठिया चला दो, ये सो करोना ना मारता वा ये भट्ठिया धुआं जरा ना ये गौरमेंट कहती है कि ये धुआं जरा वा ये खराब करता वा। अही कहने कि यदा हार्डकोक का धुआं वा ना हार्डकोक का धुआं ये जरा ना सो करोना मारता वा यहाँ कोई शरीर नहीं। मतलब कि हम सरकार अपने को धुआं छिड़क दियाँ पी शहर से जड़िया फैक्ट्रिया तो लोगों रोजगार मिलता तो वह बंद करा जिद ना कि कोई खतरा नहीं है। नहीं कोई खतरा नहीं, पर काम चलना चाहिए है, काम जरा योजना करना पसीना निकले जरा सही चो तो करोना आपे तो उठ जाना वा कोई नहीं होना। तो वेखो कल साढ़े भट्ठी चली, मैं सवेरे 7 बजे आके बैठा हाँ, रात 5 बजे गया वा, मतलब मैं हर भट्ठी के उत्ते बहना वा, कोई मतलब ना कोई हार्ट का नुकसान है ना कोई सह का नुकसान है कुछ भी नहीं है। 88 साल की उम्र से एकदम तंदुरुस्त है। हाँ खाना पीना सिर्फ खिचड़ी है और की नहीं की खाने अजक है कि मैं सवेरे नहीं खा लेना गाय ठीक है जी नाश्ता बटाले सेवा करते पे हो चलो जेड़ा हैगा वा कोई ना कोई छेड़न का फर्क पाऊगा ही ना ये नहीं गल मैं कहना बिलकुल नहीं फर्क पाएगा ये जरा छिड़कते हो दवाई या कुछ करते हो अक्सर तो कोई ना कोई फर्क पेगा ही ना ये नहीं है तो जे यहाँ मतलब इदा हो तो फिर सफाई करने की लड़ आ फिर गांधी भी आ रहे तो फिर आपे बीमारी तो साढ़े बजुर्ग रखते है तो गंद तो ही ना पलीक पी मेरा मैं नहीं वेखे वैसे तो गंद तो पलीक पी ही महामारी फैली सी वो महामारी पर हाँ जी वेखी सा बाकी ये तुम कहो सेंट्रल गवर्नमेंट को जरूर कहो कि जिदा लोगों ने 17 महीने थोड़े कह जेल कटी जे अं माफ़ी मांग ली थे तो सू की कहना ही इन्हों ने अभी 17 महीने जेल जो उसे रहे फिर ऐसी ऐसी करके रहे तरले तो नहीं पा रहे है तो जे थोड़ा तो सानू पैसे पुए जो पैसे साढ़े मुंडे को है पर सानू 3000 की कोई लोड़ नहीं हैगी सानू तो मान सत्कार चाहिए। सब तो वड्डी गल जिहड़ी 3000 रुपए तुहानू दे रहे आ वो भी एक मान सत्कार ही आ साल का 36000 का चेक बना के भेजता मेरा पैसा की गल 20-30 हज़ार में की फर्क पैन दिया वा सानू तो सेंटर जी सा पार्टी है ना भारतीय जनता पार्टी वालों सानू मान पत्र चाहिए बजुर्गों। चलो असी सारे अपील करांगे कि जो दर्शन लाल जी की मनोकामना है उन्होंने पूरी की जाए क्योंकि इन्होंने सरकार पिछे अड़ी नाल अपने घरदियां नू सारे नू एक पासे रख के जेलां कट्टियां तां उहदा इन्हां नू मान पत्र जरूर मिलना। तुसीं पार्टी दे नाल बहुत जुड़े हो जाने हो मोदी जी नू शाही जी नू किसे नू कोई संदेश दे रहे ने कई संदेश और तुसीं कोई संदेश है या शाह जी ने ये बड़े बड़े वधिया ने ते नाल अमरिंदर सिंह जिहड़े है ना वो भी बहुत वधिया वा क्योंकि मोदी साहब नू कोई पैसे दी लोड़ नहीं रमिंदर साहब ने भी कोई पैसे लोड़ नहीं वो राजा महाराजा वा उन्हें कोई फर्क नहीं पता। बाकी मोदी साहब तो जो शाह जी किसी काम फस जाते
ਫਿਰ ਮੈਨੂੰ ਆਉਂ ਡਾਲਾ ਜਿੱਦਾਂ ਰਾਮ ਚੰਦਰ ਦਰਿਆ ਸਮੁੰਦਰ ਦੇ ਪੁਲ ਬਣਾਉਣ ਲੱਗਾ ਜਾਂ ਫਸ ਗਿਆ ਸੀ ਨਾ ਉਹਨਾਂ ਦੀ ਮਾਂ ਨੂੰ ਸੁਖਣਾ ਉੱਥੇ ਆ ਗਿਆ ਮੇਰਾ ਮੁੰਡਾ ਫਸ ਗਿਆ ਅਤੇ ਉਹ ਨਜ਼ਰ ਉਹ ਇੱਦਾਂ ਮੈਨੂੰ ਜਦੋਂ ਮੋਦੀ ਸਾਹਿਬ ਕਿਸੇ ਗੱਲ ਫਸ ਜਾਂਦੇ ਨਾ ਫਿਰ ਦੁੱਖ ਲੱਗਦਾ ਫਿਰ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਅਤੇ ਫਿਰ ਨਿਕਲ ਜਾਂਦੇ ਨੇ ਅਤੇ ਫਿਰ ਬੜੀ ਖੁਸ਼ੀ ਹੁੰਦੀ ਹੈ ਫਿਰ ਨਿਕਲ ਗਏ ਇਹ ਕੰਮ 'ਚੋਂ ਅਤੇ ਇਹ ਕਰਕੇ ਇਹ ਜਿਹੜਾ ਹੈਗਾ ਵਾ ਸਾਡਾ ਵੀ ਬਜ਼ੁਰਗਾਂ ਦਾ ਮੋਦੀ ਸਾਹਿਬ ਦਾ ਅਸ਼ੀਰਵਾਦ ਨਾਲ ਹੈ ਪਰਮਾਤਮਾ ਕਰੇ ਰਾਜੀ ਰਹਿਣ ਅਤੇ ਨਾ ਉਹ ਦੇਸ਼ ਦਾ ਇਸ ਤਰ੍ਹਾਂ ਜਿੱਦਾਂ ਕੰਮ ਕਰਦੇ ਪਏ ਨੇ ਉਹ ਕਰੀ ਜਾਣ ਅਤੇ ਬਾਕੀ ਸਾਨੂੰ ਬਜ਼ੁਰਗਾਂ ਨੂੰ ਸਰਟੀਫਿਕੇਟ ਜ਼ਰੂਰ ਦੇਣ ਕੋਈ ਸਾਡਾ ਸ਼ਲਾਘਾ ਪੱਤਰ ਸ਼ਲਾਘਾ ਪੱਤਰ ਸਾਨੂੰ ਜ਼ਰੂਰ ਦੇਣ ਬਈ ਇਹ ਸਾਡੇ ਨਾਲ ਜੁੜੇ ਰਹਿਣ ਸਾਰੀ ਉਮਰ ਮੈਂ ਬਹੁ ਜੀ ਗੱਲ ਜਦੋਂ ਤੁਹਾਨੂੰ ਰਾਸ਼ਟਰਪਤੀ ਅਵਾਰਡ ਮਿਲ ਗਿਆ 3000 ਰੁਪਇਆ ਮਹੀਨਾ ਮਿਲਦਾ ਇਸ ਤੋਂ ਵੱਡੇ ਅਵਾਰਡ ਕੀ ਹੁੰਦੇ ਆ ਪਾਰਟੀ ਨਾਲ ਰਹਿੰਦੇ ਸਾਨੂੰ ਅੱਜ ਕੱਲ ਜਰਾ ਕਈ ਦਿਨ ਫਾਇਦਾ ਹੁੰਦਾ ਉਧਰ ਤੁਰ ਜਾਂਦੇ ਨੇ ਇੱਧਰ ਫਾਇਦਾ ਉਧਰ ਤੁਰ ਜਾਂਦੇ ਨੇ ਅਸੀਂ ਜੀਵਨ 'ਚ ਕਿਤੇ ਨਹੀਂ ਗਏ ਸਾਡੇ ਬਟਾਲੇ 'ਚ ਮੋਹਨ ਲਾਲ ਵਜ਼ੀਰ ਸੀਗਾ ਉਹ ਬਹੁਤ ਤਕੜਾ ਵਜ਼ੀਰ ਸੀ ਅਤੇ ਉੱਧਰੋਂ ਸਾਡੇ ਘਰ ਦਫ਼ਤਰ ਸੀਗਾ ਅਤੇ ਸਾਹਮਣੇ ਉਹਦਾ ਦਫ਼ਤਰ ਸੀ ਸਾਡੇ ਜਨਸੰਘ ਦਾ ਹੀ ਮੈਨੂੰ ਕਹਿੰਦਾ ਦਰਸ਼ਨਾ ਦਫ਼ਤਰ ਚੁੱਕਾ ਲਿਆ ਇੱਥੋਂ ਮੈਂ ਕਿਹਾ ਨਾ ਅਸੀਂ ਨਹੀਂ ਚੁੱਕਣਾ ਪੰਡਿਤ ਜੀ ਅਸੀਂ ਨਹੀਂ ਚੁੱਕਣਾ ਜਿਹਦੇ 'ਚ ਉਹ ਬਹੁਤ ਵੱਡਾ ਹੋਮਰੇ ਸੀ ਉਹਲੇ ਅਤੇ ਉਹ ਮੈਨੂੰ ਸਾਨੂੰ ਕੋਈ ਪਛਾਣ ਨਹੀਂ ਕੀਤਾ ਬਲਕਿ ਉਹਨੇ ਪਤਾ ਕੀ ਕੀਤਾ ਜਿਹੜੀ ਉਹਨਾਂ ਐਸ ਡੀ ਕਾਲਜ ਖੋਲ੍ਹਿਆ ਲੈ ਨਾ ਚੰਡੀਗੜ੍ਹ ਉਹ 'ਤੇ ਮੈਨੂੰ ਲਾਈਵ ਮੈਂਬਰ ਬਣਾ ਤਾ ਅੱਛਾ ਮੈਂ ਅੱਜ ਵੀ ਲਾਈਵ ਮੈਂਬਰ ਹਾਂ ਉਹਦੇ ਵਿੱਚ ਹੈ ਮੈਨੂੰ ਕੋਈ ਕੰਮ ਪਏ ਉਹ ਝੰਡ ਉਹ ਕਰਕੇ ਮਤਲਬ ਮੋਹਨ ਲਾਲ ਹਜੇ ਕਾਂਗਰਸ ਸੀਗਾ ਸਾਰੀ ਉਮਰ ਸਾਰੀ ਉਮਰ ਪਾਰਟੀ ਨਾਲ ਕੱਟੀ ਹੁਣ ਸਾਡੀ ਬਾਂਹ ਇਹਨਾਂ ਫੜਾਈ ਹੈ ਲੋਧੀ ਨਗਰ ਦਾ ਅਸੀਂ ਹੁਣ ਉਹਦੇ ਨਾਲ ਤਗੜੇ ਹੋ ਜਿਹੜੇ ਪਰਮਾਨੈਂਟ ਇੱਕੋ ਪਾਰਟੀ ਦੇ ਟੂਟੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਸ਼ਲਾਘਾ ਪੱਤਰ ਦੇਣਾ ਚਾਹੀਦਾ ਆ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ